ਪਟਿਆਲਾ ਜ਼ਿਲ੍ਹਾ ਦਾ ਸਨੌਰ ਇਲਾਕਾ ਜੋ ਕਿ ਟਮਾਟਰ ਅਤੇ ਹਰੀ ਮਿਰਚ ਦੀ ਖੇਤੀ ਲਈ ਮਸ਼ਹੂਰ ਹੈ, ਇਸ ਵਾਰ ਮੌਸਮ ਦੇ ਚੱਲਦਿਆਂ ਟਮਾਟਰ ਦੀ ਖੇਤੀ ਤਬਾਹ ਹੋ ਗਈ ਹੈ। ਇਸ ਬਾਰੇ ਗੱਲਬਾਤ ਕਰਦੇ ਹੋਏ ਹਲਕਾ ਸਨੌਰ ਦੇ MLA ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੇ ਦੱਸਿਆ ਕਿ 10 ਪਿੰਡਾਂ ਦੀ ਟਮਾਟਰ ਦੀ ਖੇਤੀ ਮੌਸਮ ਦੀ ਮਾਰ ਤੋਂ ਪ੍ਰਭਾਵਿਤ ਹੋਈ ਹੈ। ਉਹਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਕਿਸਾਨਾਂ ਦਾ ਹਾਲ ਚਾਲ ਪੁੱਛਣ ਨਹੀਂ ਆਇਆ। ਉਹਨਾਂ ਕਿਹਾ ਕਿ ਇਹ ਵਿਭਾਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਹੈ। ਕਿਸਾਨਾਂ ਵਿੱਚ ਬੜਾ ਰੋਸ ਦਿਖ ਰਿਹਾ ਹੈ। ਕਿਸਾਨਾਂ ਨੇ ਕਿਹਾ ਹੈ ਕਿ ਸਰਕਾਰ ਹਮੇਸ਼ਾ ਉਹਨਾਂ ਨੂੰ ਸਬਜ਼ੀ ਦੀ ਖੇਤੀ ਕਰਨ ਲਈ ਪ੍ਰੇਰਦੀ ਹੈ, ਲੇਕਿਨ ਦੂਜੇ ਪਾਸੇ ਜਦੋਂ ਇਹਨਾਂ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ, ਹਾਲੇ ਤੱਕ ਨਾ ਹੀ ਕੋਈ ਸਰਕਾਰ ਦਾ ਬੰਦਾ ਨਾ ਹੀ ਕੋਈ ਕ੍ਰਿਸ਼ੀ ਵਿਭਾਗ ਦਾ ਅਧਿਕਾਰੀ ਇਹ ਪੁੱਛਣ ਆਇਆ ਹੈ ਕਿ ਉਹਨਾਂ ਦਾ ਕਿੰਨਾ ਨੁਕਸਾਨ ਹੋ ਚੁੱਕਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਹੁਣ ਸਰਕਾਰ ਕਰੇ। ਇਹ ਜਿਹੜਾ ਇਲਾਕਾ ਟਮਾਟਰ ਦੀ ਕਾਸ਼ਤ ਵਾਸਤੇ ਬਹੁਤ ਮਸ਼ਹੂਰ ਆ। ਟਮਾਟਰ ਦੇ ਇੱਕ ਖੇਤ ਦੇ ਉੱਤੇ 90,000 ਤੋਂ ਲੈ ਕੇ 1,10,000 ਰੁਪਏ ਤੱਕ ਦਾ ਖਰਚਾ ਜਿਹੜਾ ਆਉਂਦਾ। ਆਹ ਜਿਹੜਾ ਤਬਾਹੀ ਦਾ ਮੰਜ਼ਰ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਪਿੰਡਾਂ ਦੇ ਵਿੱਚ ਮੌਸਮ ਦੀ ਇਸ ਖਰਾਬੀ ਦੇ ਚੱਲਦਿਆਂ ਬਿਮਾਰੀ ਦੀ ਲਪੇਟ ਦੇ ਵਿੱਚ ਟਮਾਟਰ ਆਇਆ ਵਾ। 100% ਜਿਹੜੇ ਹੈਗੇ ਆ ਖੇਤ ਆ ਉਹ ਖਰਾਬ ਹੋ ਚੁੱਕੇ ਨੇ, ਤਬਾਹ ਹੋ ਚੁੱਕੇ ਨੇ। ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ, ਕੈਪਟਨ ਸਾਹਿਬ ਤੋਂ ਕਿ ਡਿਪਾਰਟਮੈਂਟ ਉਹਨਾਂ ਦੇ ਕੋਲ ਐਗਰੀਕਲਚਰ ਦਾ, ਐਗਰੀਕਲਚਰ ਡਿਪਾਰਟਮੈਂਟ ਦਾ ਕੋਈ ਇੱਕ ਅਧਿਕਾਰੀ ਵੀ ਇਹਨਾਂ ਦੀ ਸਾਰ ਲੈਣ ਲਈ ਨਹੀਂ ਆਇਆ। ਸੋ ਬੜੇ ਵੱਡੇ ਕਰਜ਼ੇ ਦੀ ਮਾਰ ਥੱਲੇ ਦੱਬ ਜਾਣਾ। ਇਹਨਾਂ ਨੂੰ ਕਿਰਪਾ ਕਰਕੇ ਘੱਟੋ ਘੱਟ ਜਿੰਨਾ ਖਰਚਾ ਹੋਇਆ ਉਨਾ ਮੁਆਵਜ਼ਾ ਦਾ ਜਿਹੜਾ ਇਹਨਾਂ ਕਿਸਾਨਾਂ ਨੂੰ ਦਿੱਤਾ ਜਾਵੇ, ਇਹ ਮੈਂ ਮੰਗ ਮਾਨਯੋਗ ਮੁੱਖ ਮੰਤਰੀ ਸਾਹਿਬ ਕੋਲੋਂ ਕਰਦਾ। ਅਤੇ ਜੇ ਨਾ ਮੰਗ ਪੂਰੀ ਹੋਈ ਤਾਂ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਇੱਕ ਅਹਿਮ ਮੁੱਦੇ ਦੇ ਰੂਪ ਵਿੱਚ ਇਸ ਚੀਜ਼ ਨੂੰ ਉਠਾਇਆ ਜਾਊਗਾ। ਟਮਾਟਰ ਦਾ ਇਲਾਕਾ ਸਾਡਾ ਸਨੌਰ ਵਾਲਾ, ਮੇਰਾ ਖਿਆਲ ਇੱਥੇ ਕੋਈ 8-10 ਪਿੰਡ ਨੇ ਜਿੱਥੇ ਟਮਾਟਰ ਦੀ ਖੇਤੀ ਜ਼ਿਆਦਾ ਹੁੰਦੀ ਹੈ। ਕਣਕ ਦੀ ਬਿਜਾਈ ਘੱਟ ਅਤੇ ਖੇਤੀ ਨੂੰ ਟਮਾਟਰ ਦੀ ਖੇਤੀ ਨੂੰ ਕਿਸਾਨ ਵੱਧ ਤਰਜੀਹ ਦਿੰਦਾ ਕਿ 2 ਪੈਸੇ ਵੱਟ ਜਾਂਦੇ ਆ। ਛੋਟੇ ਕਿਸਾਨ ਨੇ ਘੱਟ ਜ਼ਮੀਨਾਂ ਨੇ ਠੇਕੇ 'ਤੇ ਲੈ ਕੇ ਮਤਲਬ ਕਿ ਆਪਣੀ ਆਰਥਿਕਤਾ ਨੂੰ ਹੋਰ ਉੱਪਰ ਚੱਕਣ ਵਾਸਤੇ ਟਮਾਟਰ ਦੀ ਖੇਤੀ ਦਾ ਕੰਮ ਕਰਦੇ ਨੇ। ਇਹ ਅੱਜ ਦੇਖ ਲਓ ਜੀ, ਟਮਾਟਰ ਦੀ ਖੇਤੀ ਪੂਰੀ ਪ੍ਰਭਾਵਿਤ ਹੋਈ ਹੈ ਬੁਰੇ ਤਰੀਕੇ ਨਾਲ। ਨਾ ਤਾਂ ਇੱਥੇ ਸਾਡੇ ਸਰਕਾਰ ਕੋਈ ਸਰਕਾਰ ਦਾ ਕੋਈ ਬੰਦਾ ਆਇਆ ਦੇਖਣ ਵਾਸਤੇ ਕਿ ਟਮਾਟਰ ਖਰਾਬ ਹੋ ਗਿਆ ਜਾਂ ਜੋ ਵੀ, ਅਤੇ ਨਾ ਹੀ ਕੋਈ ਹੋਰ ਖੇਤੀਬਾੜੀ ਮਹਿਕਮੇ ਦਾ ਆਇਆ ਬੰਦਾ। ਜੇ ਆਪਾਂ ਖੇਤੀ ਵਿਭਿੰਨਤਾ ਦੀ ਗੱਲ ਕਰਦੇ ਹਾਂ ਤਾਂ ਅੱਜ ਦੁੱਖ ਹੋ ਰਿਹਾ ਕਿ ਸਰਕਾਰ ਕਿਸੇ ਤਰ੍ਹਾਂ ਜਿਹੜਾ ਟਮਾਟਰ ਦੀ ਖੇਤੀ ਕੋਈ ਆ ਕੇ ਦੇਖਦੀ, ਸਾਨੂੰ ਮਤਲਬ ਕਿ ਉਹ ਮਿਲਦਾ, ਸਕੂਨ ਮਿਲਦਾ ਕਿ ਹਾਂ ਸਰਕਾਰ ਪਿੱਛੇ ਹੈ। ਇਹ ਤਾਂ ਹੁਣ ਨੁਕਸਾਨ ਹੋ ਗਿਆ ਬੜਾ ਜ਼ਿਆਦਾ ਜੀ, 80,000 ਤੋਂ ਲੈ ਕੇ 90,000 ਤੋਂ ਲੈ ਕੇ 1,25,00,000 ਰੁਪਇਆ ਲਾ ਕੇ। ਸਰਕਾਰ ਤੋਂ ਹੁਣ ਕੀ ਮੰਗ ਕਰਦੇ ਹੋ? ਅਸੀਂ ਮੁਆਵਜ਼ੇ ਦੀ ਮੰਗ ਕਰ ਰਹੇ ਹਾਂ। ਕਮ ਸੇ ਕਮ ਜਿਹੜਾ ਖਰਚਾ ਲੱਗਿਆ 1,25,00,000 ਰੁਪਇਆ ਲੱਗਿਆ ਵੀ ਉਹ ਸਾਨੂੰ ਮੁਆਵਜ਼ਾ ਵੀ ਮਿਲ ਜੇ ਤਾਂ ਬੜੀ ਵੱਡੀ ਗੱਲ ਹੈ। ਸਾਨੂੰ ਉਮੀਦ ਆ ਕਿ ਦੇਗੀ ਸਰਕਾਰ, ਕਰੇਗੀ ਸਾਡੇ ਪਟਵਾਰੀ।